ਲੋਕਾਂ ਦੇ ਲੋਕਾਂ ਲਈ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਲੋਕਤੰਤਰ ਕਹਿੰਦੇ ਹਨ। ਪਰ ਜੋ ਅੱਜ ਸਾਡੇ ਭਾਰਤ ਵਿੱਚ ਹੋ ਰਿਹਾ ਹੈ, ਕੀ ਇਹ ਲੋਕਤੰਤਰ ਦੀ ਇਸ ਪਰਿਭਾਸ਼ਾ ਨੂੰ ਸਾਰਥਕ ਸਾਬਿਤ ਕਰਦਾ ਹੈ? ਅੱਜ ਸਾਡੇ ਦੇਸ਼ ਦਾ ਕਿਸਾਨ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਇਆ। ਸਾਡਾ ਕਿਸਾਨ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਸਾਡੇ ਭਾਰਤ ਦੀ ਸਰਕਾਰ ਇਸ ਪ੍ਰੋਟੈਸਟ ਨੂੰ, ਇਸ ਸ਼ਾਂਤਮਈ ਕੀਤੇ ਗਏ ਪ੍ਰਦਰਸ਼ਨ ਨੂੰ ਗੈਰ ਕਾਨੂੰਨੀ ਦੱਸਦੀ ਹੈ। ਸਾਡੇ ਕੌਂਸਟੀਟਿਊਸ਼ਨ ਦੇ ਆਰਟੀਕਲ 19(1)A ਐਂਡ 1(b) ਦੇ ਅਕੋਰਡਿੰਗ ਕੋਈ ਵੀ ਪੀਸਫੁਲ ਪ੍ਰੋਟੈਸਟ ਸਾਡਾ ਫੰਡਾਮੈਂਟਲ ਰਾਈਟ ਹੈ। ਹਮ ਲੋਕ ਭਾਰਤ ਕੇ ਬਸ਼ਿੰਦੇ ਹੈ, ਇਹ ਹਮਾਰੀ ਰਾਜਧਾਨੀ ਹੈ। ਭਾਰਤ ਕੇ ਬਸ਼ਿੰਦੇ ਹੈ, ਹਮ ਵੀ ਭਾਰਤ ਕੇ ਬਸ਼ਿੰਦੇ ਹੈ। ਇਸੀਲਿਏ ਹਮ ਲੋਗ ਆਪਸੇ ਬਾਤ ਕਰ ਰਹੇ ਹੈਂ। ਔਰ ਹਮ ਵੀ ਆਪਸੇ ਬਾਤ ਹੀ ਕਰਨਾ ਚਾਹਤੇ ਹੈਂ। ਇਹ ਸਰ ਹਮ ਲੋਗੋਂ ਕੋ ਪਰੇਸ਼ਾਨ ਮਤ ਕੀਆ ਜਾਏ, ਹਮ ਲੋਗ ਜਾਏਂਗੇ ਜੰਤਰ ਮੰਤਰ ਪਰ ਆਰਾਮ ਸੇ ਬੈਠੇਂਗੇ। ਅਗਰ ਆਪ ਲੋਗ ਬੋਲੋਗੇ ਫਾਸਲਾ ਕਰਕੇ ਬੈਠੇ, ਹਮ ਲੋਗ ਫਾਸਲਾ ਕਰਕੇ ਬੈਠੇਂਗੇ। ਅਗਰ ਆਪ ਲੋਗ ਮਾਸਕ ਲਾ ਕੇ ਬੋਲੋਗੇ ਤਾਂ ਮਾਸਕ ਲਾ ਕੇ ਬੈਠੇਂਗੇ। ਲੇਕਿਨ ਅਭੀ ਆਪ ਲੋਗ ਹਮਾਰੇ ਸਾਥ ਝਗੜਾ ਮਤ ਕਰੋ, ਕਿਉਂਕਿ 27 ਸਤੰਬਰ 2020 ਇੰਡੀਅਨ ਗਵਰਨਮੈਂਟ ਨੇ 3 ਆਰਡੀਨੈਂਸ ਪਾਸ ਕੀਤੇ ਫਾਰਮਰਸ ਬਿੱਲ ਲਈ, ਅਤੇ ਇਹ ਨਾਰਾ ਲਗਾਇਆ ਗਿਆ ਕਿ ਇਹ ਬਿੱਲ ਕਿਸਾਨਾਂ ਦੇ ਹਿੱਤ ਲਈ ਹਨ। ਪਹਿਲਾ ਬਿੱਲ, ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਐਕਟ 2020। ਇਸ ਬਿੱਲ ਦੇ ਅਧੀਨ ਫਾਰਮਰਸ ਕਿਤੇ ਵੀ ਜਾ ਕੇ ਆਪਣਾ ਪ੍ਰੋਡਿਊਸ ਵੇਚ ਸਕਦੇ ਹਨ। ਮੋਦੀ ਜੀ ਨੇ ਨਾਰਾ ਲਗਾਇਆ ਵਨ ਨੇਸ਼ਨ ਵਨ ਮਾਰਕੀਟ, ਚੰਗੀ ਗੱਲ ਹੈ, ਪਰ ਫਿਰ ਕਿਸਾਨ ਗੁੱਸਾ ਕਿਉਂ? ਕਿਸਾਨਾਂ ਦੀ ਸ਼ਿਕਾਇਤ ਹੈ ਕਿ ਇਸ ਬਿੱਲ ਦੇ ਅਧੀਨ ਪ੍ਰਾਈਵੇਟਾਈਜੇਸ਼ਨ ਨੂੰ ਵਧਾਵਾ ਮਿਲੇਗਾ। ਹਜੇ ਵੀ ਕਿਸਾਨ ਕਿਸੇ ਵੀ ਜਗ੍ਹਾ ਆਪਣੀ ਫਸਲ ਜਾ ਕੇ ਵੇਚ ਸਕਦੇ ਹਨ, ਪਰ ਇਹ ਜੋ ਫਸਲ ਵੇਚਣ ਦੀ ਰੈਗੂਲੇਸ਼ਨ ਹੈ APMC ਮੰਡੀਆਂ ਦੇ ਅਧੀਨ ਆਉਂਦੀ ਹੈ। ਪਰ ਨਵੇਂ ਬਿੱਲ ਦੇ ਅਕੋਰਡਿੰਗ ਕੋਈ ਵੀ ਪ੍ਰਾਈਵੇਟ ਸੈਕਟਰ, ਕੋਈ ਵੀ ਕਾਰਪੋਰੇਟ ਫਸਲਾਂ ਖਰੀਦਣ ਦੇ ਲਾਇਕ ਹੋ ਜਾਏਗਾ, ਅਤੇ ਇਸ ਨਾਲ ਕਿਸਾਨਾਂ ਨੂੰ ਆਪਣਾ ਰਾਈਟ ਪ੍ਰਾਈਸ ਨਹੀਂ ਮਿਲੇਗਾ। MSP ਦੀ ਵੀ ਸ਼ਿਓਰਟੀ ਨਹੀਂ ਹੈ, ਇਸ ਕਰਕੇ ਇਹ ਕਿਸਾਨਾਂ ਦਾ ਸਭ ਤੋਂ ਵੱਡਾ ਡਰ ਹੈ। ਦੂਸਰਾ ਬਿੱਲ, ਫਾਰਮਰਸ ਐਗਰੀਮੈਂਟ ਆਫ ਪ੍ਰਾਈਸ ਅਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਐਕਟ 2020। ਇਸ ਬਿੱਲ ਨਾਲ ਕਿਸਾਨ ਆਪਣੀ ਫਸਲ ਦੀ ਉਗਾਉਣ ਤੋਂ ਪਹਿਲਾਂ ਹੀ ਕੀਮਤ ਨਿਰਧਾਰਿਤ ਕਰ ਸਕਣਗੇ। ਇਸ ਨਾਲ ਕਿਸਾਨਾਂ ਨੂੰ ਇਹ ਡਰ ਹੈ ਕਿ ਵੱਡੀਆਂ ਕਾਰਪੋਰੇਟਸ ਇਸ ਵਿੱਚ ਆ ਜਾਣਗੀਆਂ ਅਤੇ ਉਹ ਲੈਂਡ ਐਕੁਆਇਰ ਕਰ ਲੈਣਗੀਆਂ ਕਿਸਾਨਾਂ ਦੀਆਂ। ਤੀਜਾ ਬਿੱਲ, ਅਸੈਂਸ਼ੀਅਲ ਕਮੋਡਿਟੀਜ਼ ਐਕਟ 2020। ਹੁਣ ਇਸ ਬਿੱਲ ਦੇ ਅਧੀਨ ਦਾਲਾਂ, ਅਨਾਜ, ਆਲੂ, ਪਿਆਜ ਅਸੈਂਸ਼ੀਅਲ ਕਮੋਡਿਟੀ ਲਿਸਟ ਵਿੱਚੋਂ ਰਿਮੂਵ ਕਰ ਦਿੱਤੇ ਗਏ ਹਨ। ਇਸ ਨਾਲ ਇਸ ਦੀ ਜਮ੍ਹਾਂਖੋਰੀ 'ਤੇ ਰੋਕ ਲੱਗੇਗੀ, ਚੰਗੀ ਗੱਲ ਹੈ, ਪਰ ਕਿਸਾਨਾਂ ਦਾ ਇਹ ਡਰ ਹੈ ਕਿ ਜੋ ਵਪਾਰੀ ਹਨ ਉਹ ਫਿਰ ਵੀ ਇਸ ਦੇ ਲੂਪ ਹੋਲ ਕੱਢ ਕੇ ਜਮ੍ਹਾਂਖੋਰੀ ਕਰ ਸਕਣਗੇ, ਪਰ ਕਿਸਾਨ ਫਿਰ ਤੋਂ ਪਰੇਸ਼ਾਨ ਹੋਣਗੇ। ਹੁਣ ਇਹਨਾਂ ਬਿੱਲ ਦੇ ਵਿਰੋਧ ਵਿੱਚ ਕਿਸਾਨਾਂ ਨੇ ਇੱਕ ਸ਼ਾਂਤਮਈ ਪ੍ਰਦਰਸ਼ਨ ਸ਼ੁਰੂ ਕੀਤਾ। ਇਹ ਪ੍ਰਦਰਸ਼ਨ ਪੰਜਾਬ ਵਿੱਚ ਰੇਲ ਰੋਕਣ ਤੋਂ ਸ਼ੁਰੂ ਹੋਇਆ, ਹੁਣ ਕਿਸਾਨ ਸੜਕਾਂ 'ਤੇ ਉਤਰੇ ਅਤੇ ਉਹ ਆਪਣੇ ਪ੍ਰਦਰਸ਼ਨ ਨੂੰ ਦਿੱਲੀ, ਦੇਸ਼ ਦੀ ਰਾਜਧਾਨੀ ਵਿੱਚ ਲਿਜਾਣਾ ਚਾਹੁੰਦੇ ਸਨ। ਪਰ ਸਾਡੀ ਗਵਰਨਮੈਂਟ ਨੇ ਸਾਰੇ ਐਫਰਟ ਕੀਤੇ, ਸਾਰਾ ਜ਼ੋਰ ਲਗਾਇਆ ਤਾਂ ਕਿ ਉਹਨਾਂ ਨੂੰ ਦਿੱਲੀ ਪਹੁੰਚਣ ਤੋਂ ਰੋਕਿਆ ਜਾ ਸਕੇ, ਅਤੇ ਸਾਡੇ ਦੇਸ਼ ਦਾ ਮੀਡੀਆ ਕਿਸਾਨਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਤਾਂ ਗੈਰ ਕਾਨੂੰਨੀ ਦੱਸ ਰਿਹਾ ਹੈ। ਪਰ ਜੋ ਗਵਰਨਮੈਂਟ ਨੇ ਕੀਤਾ, ਟੀਅਰ ਗੈਸ, ਵਾਟਰ ਕੈਨਨ, ਸਾਡੇ ਬਣੇ ਬਣਾਏ ਰੋਡ ਤੋੜ ਦਿੱਤੇ, ਉਹ ਉਹਨਾਂ ਦੀ ਨਜ਼ਰ ਵਿੱਚ ਪੂਰੀ ਤਰ੍ਹਾਂ ਕਾਨੂੰਨੀ ਹੈ, ਜਿੱਥੇ ਸਾਡੀ ਟੈਕਸ ਮਨੀ ਵੇਸਟ ਹੋ ਰਹੀ ਹੈ। ਕਿਸੇ ਵੀ ਮਸਲੇ ਨੂੰ ਲੋਕਤੰਤਰ ਵਿੱਚ ਹੱਲ ਕਰਨ ਦਾ ਸਹੀ ਤਰੀਕਾ ਕਿਆ ਹੈ? ਲੋਕਤੰਤਰੀ ਸਰਕਾਰ ਆਪਣੇ ਲੋਕਾਂ ਦੀ ਗੱਲ ਸੁਣਦੀ ਹੈ ਅਤੇ ਉਹਨਾਂ ਦੇ ਕੀਤੇ ਅਨੁਸਾਰ ਅਮਲ ਕਰਦੀ ਹੈ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ। ਸਾਡੇ ਨਿਊਜ਼ੀਲੈਂਡ ਦੇ ਵਿੱਚ 2020 ਇਲੈਕਸ਼ਨ ਹੋਏ, ਉਸ ਇਲੈਕਸ਼ਨਸ ਤੋਂ ਪਹਿਲਾਂ ਉਹਨਾਂ ਨੇ 2 ਬਿੱਲ ਪ੍ਰਪੋਜ਼ ਕੀਤੇ। ਇੱਕ ਰੀਕ੍ਰੀਏਸ਼ਨਲ ਡਰੱਗ ਯੂਜ਼ ਨੂੰ ਲੈ ਕੇ ਸੀ, ਦੂਸਰਾ ਯੂਥੇਨੇਸ਼ੀਆ ਨੂੰ ਲੈ ਕੇ ਸੀ। ਇਹਨਾਂ ਦੋਨਾਂ ਬਿੱਲਸ ਲਈ ਵੋਟਾਂ ਦੇ ਨਾਲ ਨਾਲ ਰੈਫਰੈਂਡਮ ਔਰਗੇਨਾਈਜ਼ ਕੀਤਾ ਗਿਆ। ਲੋਕਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇਹ ਬਿੱਲ ਚਾਹੁੰਦੇ ਹੋ ਜਾਂ ਨਹੀਂ। ਇੱਕ ਬਿੱਲ ਲਈ 47% ਲੋਕਾਂ ਨੇ ਹਾਂ ਕਿਹਾ, ਬਟ 53% ਲੋਕਾਂ ਨੇ ਨੋ ਕਿਹਾ। ਉਸ ਦੇ ਕਾਰਨ ਉਹ ਬਿੱਲ ਪਾਸ ਨਹੀਂ ਹੋ ਸਕਿਆ। ਸੈਕਿੰਡ ਬਿੱਲ ਦੇ ਵਿੱਚ 59% ਲੋਕਾਂ ਨੇ ਯੈਸ ਕਿਹਾ ਅਤੇ ਉਹ ਬਿੱਲ ਹੁਣ ਪਾਰਲੀਮੈਂਟ ਵਿੱਚ ਹੈ। MP ਉਸ ਦੇ ਉੱਤੇ ਡਿਬੇਟ ਕਰਨਗੇ ਅਤੇ ਉਹ ਨੈਕਸਟ ਈਅਰ ਲੋਕਾਂ ਦੇ ਲਈ ਉਹ ਬਿੱਲ ਪਾਸ ਕਰ ਦਿੱਤਾ ਜਾਵੇਗਾ। ਇੱਦਾਂ ਦੇ ਬਹੁਤ ਸਾਰੇ ਰੈਫਰੈਂਡਮ ਸਾਰੇ ਡੈਮੋਕ੍ਰੇਟਿਕ ਕੰਟਰੀਜ਼ ਦੇ ਵਿੱਚ ਹੁੰਦੇ ਨੇ, ਚਾਹੇ ਉਹ UK ਦੇ ਵਿੱਚ ਬ੍ਰੈਗਜ਼ਿਟ
ਲਈ ਹੋਵੇ, ਚਾਹੇ ਸਵੀਡਨ ਦੇ ਵਿੱਚ ਆਪਣੇ ਟੈਕਸ ਨੂੰ ਲੈ ਕੇ ਹੋਵੇ, ਇਹ ਇੱਕ ਬੜਾ ਅੱਛਾ ਤਰੀਕਾ ਹੁੰਦਾ ਲੋਕਾਂ ਦੀ ਗੱਲ ਸੁਣ ਕੇ ਉਸ ਦੇ ਉੱਤੇ ਅਮਲ ਕਰਨ ਦਾ। ਪਰ ਇੰਡੀਆ ਦੇ ਵਿੱਚ 1947 ਤੋਂ ਬਾਅਦ ਕੋਈ ਵੀ ਰੈਫਰੈਂਡਮ ਨਹੀਂ ਕੀਤਾ ਗਿਆ। ਕੀ ਸਾਡਾ ਪ੍ਰਜਾਤੰਤਰ ਲੋਕਤੰਤਰ ਕਹਿਲਾਉਣ ਦੇ ਲਾਇਕ ਹੈ? ਸਾਡੀ ਜੋ ਕਰੰਟ ਸਰਕਾਰ ਹੈ ਉਸਦੇ ਅੰਡਰ ਉਸਦੀਆਂ ਨੀਤੀਆਂ ਦੇ ਖਿਲਾਫ ਜੋ ਵੀ ਕੋਈ ਬੋਲਦਾ ਹੈ, ਜਾਂ ਤਾਂ ਉਸਨੂੰ ਐਂਟੀ ਨੈਸ਼ਨਲ ਜਾਂ ਉਸਨੂੰ ਟੁਕੜੇ ਟੁਕੜੇ ਗੈਂਗ ਜਾਂ ਉਸਨੂੰ ਖਾਲਿਸਤਾਨੀ ਕਹਿ ਦਿੱਤਾ ਜਾਂਦਾ ਹੈ। ਇੱਕ ਬਹੁਤ ਹੀ ਸੋਹਣੀ ਫਿਲਮ ਦਾ ਬਹੁਤ ਹੀ ਵਧੀਆ ਡਾਇਲੋਗ ਹੈ ਕਿ ਜ਼ਿੰਦਗੀ ਜੀਣੇ ਕੇ ਦੋ ਹੀ ਤਰੀਕੇ ਹੈ, ਜਾਂ ਤਾਂ ਜੋ ਜੈਸੇ ਚੱਲ ਰਿਹਾ ਹੈ ਉਸੇ ਚੱਲਣੇ ਦਿਓ, ਬਰਦਾਸ਼ਤ ਕਰੋ, ਜਾਂ ਫਿਰ ਉੱਠੋ, ਜ਼ਿੰਮੇਦਾਰੀ ਲਓ ਉਸੇ ਬਦਲਣੇ ਕੀ।